कतल करके थाने SHO दे सामने बह के बाद गुस्से बाद दुख बहुत होया कि नहीं मैंने कहा हां जी अच्छा वो दुख तेरा मैं सुनना है ये वो बकवास सुना अच्छा ते फिर कमरे जो बैठा सी पोस्टमार्टम दी गल हो रही सी शक देते हां जी फिर की फिर गल खत्म है तो जदों पल्ले कमरे से बैग जाके फिर और बंदे सी दोस्त ही जेड़े मेरे वाले दे उनां कोल पूछदे दस दे की मामलात ने ते सानू नहीं पता सी परा चलेगा उनां कोल की पूछया ते सानू इस चीज दा पता ते मंगल वाले दिन शरीफ साहब आए ने सानू दोवां भरावां उत्थे बयान लिखाए ने ते फिर इत्थे लैके आए ने ते शरीफ साहब ने कहा सही सही दस दे सानू पता लग गया तू ही कीता ते मुंह दस देगा ते चंगी बेहतरी तेरे वर नहीं ते शरीफ साहब तफ्तीशी जेड़े हां जी फिर उन्हें पूछा फिर मैं सारी उन्होंने दस दी तफसील के मैं मारिया की दसिया कि मैं कतल करके आपके बाद मारिया कतल करके मैं गोलियां चला के मैं मारिया उन्होंने होर की दसिया नाल किस वजह तो मारिया जायदाद दी जायदाद दी वजह हां जी सही फिर फड़िया गया तो हां जी मैं फड़ा जवाब देना प्लानिंग की सी तेरी असल दे विच प्लानिंग फेल हो गई ना पुलिस ने नाकाम करती तू फड़िया गया तेन फड़ लिया तेरी वालदा नु मदई बनाता उंज की सी के ਕਿਸੇ ਨੂੰ ਕੁਛ ਨਹੀਂ ਪਤਾ ਲੱਗੇਗਾ ਮੈਂ ਦੇਰਾਗਾ ਨਹੀਂ ਕਿਸੇ ਨੂੰ ਪਤਾ ਲੱਗੇਗਾ ਲੇਕਿਨ ਫੜੇਗਾ ਫਿਰ ਉਹ ਅੱਬੇ ਦੀ ਜਾਇਦਾਦ ਵੀ ਮਿਲ ਜਾਏਗੀ ਸਾਰੀ ਹਾਂਜੀ ਹਾਂਜੀ ਨਹੀਂ ਦੱਸਣਾ ਹੈ ਨਾ ਜੋ ਤੇਰੇ ਜ਼ੇਨ ਦੇ ਵਿੱਚ ਹੈਗਾ ਸੀ ਸਭ ਕੁਛ ਹੈਗਾ ਸੀ ਉਹ ਦੱਸ ਸਹੀ ਕੀ ਸੀ ਵਜੂਹਾਤ ਕੀ ਸੀ ਮਤਲਬ ਇਹ ਸਾਰਾ ਕਿਸ ਤਰੀਕੇ ਨਾਲ ਮੈਨੇਜ ਕਰਨਾ ਸੀ ਬਾਅਦ 'ਚ ਕੀ ਸੋਚਿਆ ਹੋਇਆ ਸੀ ਕਿ ਪੈਸੇ ਆ ਜਾਣਗੇ ਉਹਦੇ ਨਾਲ ਕੀ ਕਰੇਗਾ ਕਾਰੋਬਾਰ ਉੱਪਰ ਕਾਰੋਬਾਰ ਕਰੇਗਾ ਤੇ ਪਿਓ ਨੂੰ ਮਾਰਨ ਤੋਂ ਇਲਾਵਾ ਕੋਈ ਹੱਲ ਨਹੀਂ ਨਜ਼ਰ ਆ ਰਿਹਾ ਸੀ ਨਹੀਂ ਸਰ ਨਹੀਂ ਜਿੰਦੇ ਜੀ ਨਹੀਂ ਦਿੰਦਾ ਸੀ ਪਿਓ ਨਹੀਂ ਕੁਝ ਨਹੀਂ ਦਿੰਦਾ ਸੀ ਨਹੀਂ ਬੜਾ ਪਰੇਸ਼ਾਨ ਕੀਤਾ ਤੇ ਤੂੰ ਪਰੇਸ਼ਾਨ ਕੀਤਾ ਕੀ ਪਰੇਸ਼ਾਨ ਕਰਦਾ ਸੀ ਤੈਨੂੰ ਸ਼ਾਦੀ ਕਿਨੇ ਕੀਤੀ ਤੇਰੀ ਵਾਲਦਾ ਨੇ ਕਹਿ ਕੇ ਕਰਵਾਈ ਉਹ ਨਹੀਂ ਕਰਦਾ ਸੀ ਅੱਛਾ ਕਰਵਾਤੀ ਨਾ 23 ਸਾਲ ਦੀ ਉਮਰ ਚ ਹੁਣ 23 ਸਾਲ ਦਾ ਤੂੰ ਹਾਂਜੀ 11 ਮਹੀਨੇ ਪਹਿਲੇ ਸ਼ਾਦੀ ਹੋਈ ਮੇਰੇ ਭਰਾ ਦੀ 28 ਸਾਲ ਉਮਰ ਹੈ ਅੱਛਾ ਉਹਦੀ ਸ਼ਾਦੀ ਨਹੀਂ ਹੋਈ ਇਕੱਠੀ ਹੋਈ ਸਾਡੇ ਦੋਵਾਂ ਭਰਾਵਾਂ ਹਾਂ ਉਹਦੀ ਤੇ 28 ਸਾਲ ਹੈ ਤੂੰ ਤੇਰੀ ਗੱਲ ਕਰ ਰਹੇ ਹਾਂ 22 ਸਾਲ ਦੀ ਉਮਰ ਚ ਸ਼ਾਦੀ ਕਰਾ ਲਈ ਲੋਕ ਤਾਂ 30 32 ਸਾਲ ਦੀ ਉਮਰ ਚ ਵੀ ਕਰਾਉਂਦੇ ਨੇ ਜੀ ਐਡੀ ਤਨ ਜਵਾਨੀ ਸ਼ੁਰੂ ਤੋਂ ਹੀ ਆਈ ਸੀ ਅੱਗ ਲੱਗੀ ਸੀ ਫਿਰ ਤਨ ਜਾਇਦਾਦ ਦਾ ਹਿੱਸਾ ਵੀ ਚਾਹੀਦਾ ਸੀ ਤੇਰੇ ਬਕੋਲ 23 ਸਾਲ ਹੀ ਹੈ ਨਾ ਤੂੰ ਹਾਂਜੀ ਹਾਂਜੀ ਤੇ 22 ਸਾਲ ਦਾ ਸ਼ਾਦੀ ਕੀਤੀ ਜਦੋਂ 22 ਸਾਲ ਦਾ ਸੀ ਹਾਂਜੀ ਜੀ ਸਰ ਸਹੀ ਤੇ ਕੀ ਦੱਸਣਾ ਹੈ ਦੀ ਵਜੂਹਾਤ ਦੇ ਪਿੱਛੇ ਦੱਸੋ ਕਿੰਨੇ ਕਰਾਈ ਸ਼ਾਦੀ ਤੇਰੀ ਵਾਲਦਾ ਨੇ ਕਰਵਾਈ ਵਾਲਦਾ ਨੇ ਕਰਵਾਈ ਹਾਂਜੀ ਹਾਂ ਤੇ ਵਾਲਦਾ ਹੀ ਤੈਨੂੰ ਬਿਜ਼ਨਸ ਕਰਾ ਦਿੰਦੀ ਪਿਓ ਕਿਉਂ ਮਾਰਿਆ ਫਿਰ ਜਵਾਬ ਦੇਣਾ ਹੈ ਗੁੱਸੇ ਜੋ ਮਾਰ ਗੁੱਸਾ ਕਿਹੜਾ ਤੂੰ ਤੇ ਪਲੈਨਿੰਗ ਕਰਕੇ ਮਾਰਿਆ ਬਕਾਇਦਾ ਤੌਰ ਦੇ ਉੱਤੇ ਕਾਫੀ ਦੇਰ ਸਮਝਾ ਦੇ ਰਹਾ ਤੇ ਨਹੀਂ ਸਮਝਾ ਪਾ ਗੁੱਸੇ ਚ ਆ ਕੇ ਮੈਂ ਮਾਰ ਦਿੱਤਾ ਗੁੱਸੇ ਚ ਆ ਕੇ ਮਾਰਤਾ ਹਾਂਜੀ ਸਹੀ ਹੈ ਹੋਰ ਕੀ ਪਿਓ ਦੀ ਜ਼ਿੰਮੇਵਾਰੀ ਹੁੰਦੀ ਤੈਨੂੰ ਲੋਕ ਵੇਖ ਰਹੇ ਆ ਕਈ ਪੁੱਤਰ ਵੀ ਵੇਖ ਰਹੇ ਹੋਣੇ ਉਹਨਾਂ ਨੂੰ ਦੱਸ ਪਿਓ ਮਾਰਨਾ ਚਾਹੀਦਾ ਨਹੀਂ ਕਦੇ ਵੀ ਨਹੀਂ ਮਾਰਨਾ ਹੈ ਕਦੇ ਵੀ ਨਹੀਂ ਮਾਰਨਾ ਚਾਹੀਦਾ ਸਹੀ ਨਹੀਂ ਮਾਰਨਾ ਚਾਹੀਦਾ ਤੇ ਤੂੰ ਕਿਉਂ ਮਾਰਿਆ ਮੈਂ ਗਲਤੀ ਹੋ ਗਈ ਬੜੀ ਵੱਡੀ ਕੀ ਗਲਤੀ ਹੈ ਲਾਲਚ ਤੈਨੂੰ ਪੈਸਿਆਂ ਦੀ ਹਵਸ ਐਡੀ ਛੋਟੀ ਜਿਹੀ ਉਮਰ 'ਚ ਸ਼ਾਦੀ ਵੀ ਤੂੰ ਕਰਾ ਲਈ ਆਪਣੀ ਵਾਲਦਾ ਨੂੰ ਕਹਿ ਕੇ 22 ਸਾਲ ਦੀ ਉਮਰ 'ਚ ਉਹ ਤੋਂ ਬਾਅਦ ਤੇਰੀ ਜ਼ਿੰਮੇਦਾਰੀ ਸੀ ਸ਼ਾਦੀ ਹੋ ਜਾਂਦੀ ਹੈ ਤੇ ਇੱਕ ਇਨਸਾਨ ਦੀ ਆਪਣੀ ਜ਼ਿੰਮੇਦਾਰੀ ਹੁੰਦੀ ਉਹਨੇ ਆਪਣੀ ਬੀਵੀ ਬੱਚਿਆਂ ਨੂੰ ਆਪ ਲੈ ਕੇ ਚੱਲਣਾ ਹੁੰਦਾ ਪਿਓ ਨੂੰ ਕਿਉਂ ਮਾਰਿਆ ਸਹੀ ਉਹਨੇ ਮੇਰੀ ਜਾਇਦਾਦ ਵਾਸਤੇ ਮੇਰੀ ਮਾਂ ਨੂੰ ਇੰਨਾ ਮਾਰਿਆ ਸੀ ਮੈਂ ਵੀ ਗੁੱਸੇ ਜਾ ਕੇ ਉਹਨੂੰ ਮਾਰ ਦਿੱਤਾ ਜਾਇਦਾਦ ਵਾਸਤੇ ਮਾਂ ਨੂੰ ਮਾਰਿਆ ਸੀ ਇੰਨਾ ਉਹ ਹੁਣ ਯਾਦ ਆਇਆ ਪਹਿਲੇ ਕਦੋਂ ਮਾਰਿਆ ਸੀ ਉਹ ਬਸ ਸਾਸੀ ਵੀ ਕਿੰਨੇ ਦਾ ਕਟਿੰਦੇ ਰਹੇ ਸਾਰੇ ਜ਼ਖਮ ਮੂੰਹ ਤੇ ਐਵੇਂ ਬਣੇ ਨੇ ਫਿਰ ਮੈਂ ਵੀ ਗੁੱਸੇ ਜਾ ਕੇ ਉਹਨੂੰ ਮਾਰ ਦਿੱਤਾ ਜ਼ਖਮ ਬਣੇ ਹਾਂਜੀ ਆ ਜਿਹੜੇ ਬਣੇ ਨੇ ਮੇਰੇ ਵਾਲਦਾ ਮੈਨੂੰ ਕੁੱਟਦਾ ਚਪੇੜਾ ਵੀ ਮਾਰਦਾ ਸੀ ਆਪਣੇ ਪਿਓ ਨੂੰ ਕੌਣ ਤੂੰ ਨਹੀਂ ਚਪੇੜ ਆਇਆ ਤੇਰੇ ਤੂੰ ਕਿਹਾ ਹੱਥਾਂ ਪਾਈ ਹੁੰਦੇ ਰਹਿੰਦੇ ਸੀ ਉਹ ਮੇਰੇ ਗਲ ਉਹ ਮੇਰੇ ਗਲ ਉਹਵੇਂ ਛੜ ਛੜਾ ਗਾ ਉਹਵੇਂ ਕਿੰਨੇ ਦਾ ਗਲ ਮਾਰਿਆ ਮੂਰਿਆ ਨਹੀਂ ਕਦੀ ਚਪੇੜ ਨਹੀਂ ਮਾਰੀਆਂ ਗੋਲੀਆਂ ਮਾਰੀਆਂ ਤੂੰ ਆਪਣੇ ਪਿਓ ਨੂੰ ਹੈ ਕੀ ਕੀਤਾ ਹੀ ਗੋਲੀਆਂ ਮਾਰੀ ਗੋਲੀਆਂ ਮਾਰੀਆਂ ਚਪੇੜ ਸਹੀ ਹੁੰਦੀ ਗੋਲੀਆਂ ਜਵਾਬ ਦੇ ਚਪੇੜ ਵੀ ਪੈੜੀ ਹੁੰਦੀ ਗੋਲੀ ਸਭ ਤੋਂ ਪੈੜੀ ਹੁੰਦੀ ਸਭ ਤੋਂ ਪਹਿਲੀ ਹੁੰਦੀ ਉਹ ਗੋਲੀ ਹੁਣ ਕੀ ਹੋਏਗਾ
तेरा वालदा तेरी भैन चल तू ते तेरी बीवी का की बनेगा कातल दी बीवी है कल नू बच्चे होगा बच्चा होना ले चौथा महीना तो जो बच्चा पैदा होएगा उन पता लग मतलब अगर जो होश संभालेगा प्यो ने कतल किया है और वो अपने प्यो नू कतल किया दस हाँ की हाँ जी सोचता नहीं है तू गल बहुत परेशान हो जाता वो जो पैदा होएगा तो वह भी तो कतल करेगा तू तो तरबीयत वो यह कर रहे हैं कि प्यो नू कतल करना है बच्चे प्यो नू वेख के करते ना सब कुछ हाँ जी तो उन्होंने जो पता लगेगा होश संभालेगा मेरे प्यो ने कतल किया है अपने प्यो नू तो वह तेन कतल करेगा करना चाहिए तेन कतल उन्हें हाँ जी करना चाहिए हाँ जी तो उस मासूम का की कसूर है उन्होंने जमद ही तू कातल बना रहे हैं हाँ जी क्यों कही जाना माफी चाहना जी नहीं नहीं मेरे को की माफी मंगनी है तू साडे वालों तो माफी है माफी तेन दस लोगों नू दस पता लगे ना कोई बहुत वड्डा काम किया है तो जायज़ किया है नहीं नजायज़ किया नजायज़ किया है हाँ हूँ तो कह रहे हैं सी वो मेरे मुँह तो निशान बने मेरी वालदा नू मारदा सी मैं कतल का बदला ले लिया है मैं बड़ी वड्डी गलती की थी मैंने इस गल का पछतावा पछतावा हाँ कदों आया पछतावा कतल करने तो बाद हाँ की सजा होनी चाहिए तेन मैं बोलती मेहरबान नहीं नहीं बोल तू कतल किता इत्थे खलो तेरी मेहरबानी इधर आ इधर इधर आ कतल किता इधर वेख रोल है ए रोना अज ही आया कि पहले भी आया सी बोल यार बोल अगे भी आया अगे भी आया कदों कदों आया कतल दी की सजा होनी चाहिए तेनू जो मर्जी तेनू पता है कतल दी की सजा होंदी नहीं नहीं पता नहीं अच्छा कतल करना आंदा पिस्तौल चलानी आंदी शादियों दे विच लाना पिस्तौल है पे ओ मारता ही सजाए मौत होंदी फांसी होंदी इहदी सजा फिल्म वेखी कदी नहीं ड्रामा टीवी कुछ नहीं वेखदा की वेखदा है फिर की वेखना है कुछ नहीं वेखदा कुछ नहीं वेखदा सही है ते की सजा होनी चाहिदी तैनूं फिर जो मंजूर होवे दे दे माफी ते नहीं होनी चाहिदी तैनूं नहीं ओ क्यों नहीं होनी चाहिए एक गलती की थी बड़ी बड़ी सजा मिलनी चाहिए फांसी होनी फांसी होनी चाहिए तेन जिम्मे अल्लाह ने दूर होवे तो नहीं अपने मुंह दस तू की चाहना है अगर वाकई शर्मिंदा है तो दिलो की चाहना है तेनू की सजा होवे अगर मिन्नत करा माफी दे देना ठीक नहीं तो जो घर वाला मंजूर होवे तो कर अच्छा माफी मिल गई तो की करेगा रब रसूल दे नाम इकट्ठे करांगा ते ओदा की करेगा हम फूज जगह ते रखांगा मैं फूज जगह ते रखेंगा वेरी गुड किड्डे अच्छे तेरे विचार हैगे